ਸਭ ਤੋਂ ਪਹਿਲਾਂ ਮੈਂ ਜੀ ਜਦੋਂ ਵੀ ਕਦੀ ਮੇਰੀ ਇੰਟਰਵਿਊ ਹੋਊਗੀ ਮੈਂ ਰੱਬ ਦਾ ਨਾਮ ਲੈਣਾ, ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਮੈਂ ਸਿੱਧਾ ਸਿੱਧਾ ਬੰਦਾ ਵਾ, ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇੱਦਾਂ ਦੀ ਨਹੀਂ ਹੈਗੀ। ਪਹਿਲਾਂ ਮੈਂ ਰੱਬ ਦਾ ਨਾਮ ਲਊਂਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਭੀਮ ਜੈ ਭਰਤ ਜੈ ਵਾਲਮੀਕਿ ਹਰ ਹਰ ਵਾਲਮੀਕਿ ਧੰਨ ਧੰਨ ਸ਼੍ਰੀ ਗੁਰੂ ਸਤਿਗੁਰੂ ਮਹਾਰਾਜ ਔਰ ਹਲਾਲੂਇਆ ਗੌਂਸਬਾ ਖੁਸ਼ੀਆਂ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ੋ, ਜਕਾਰਾ ਮਾਂ ਚਿੰਤਪੁਰੀ ਦਾ ਬੋਲ ਸਾਚੇ ਤਾਂ ਦਰਬਾਰ ਕੀ ਜੈ ਔਰ ਜਕਾਰਾ ਸਤਿਗੁਰੂ ਰਵੀ ਮਹਾਰਾਜ ਜਕਾਰਾ ਮਹਾਰਾਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਡੇ ਗੁਰੂ ਜੀ ਦਾ। ਔਰ ਆਪਾਂ ਗੱਲ ਕਰੀਏ ਦੇਖੋ ਜੀ, ਇਹ ਇਲੈਕਸ਼ਨ ਵਾਰਾਣਸੀ ਤੋਂ ਅੰਮ੍ਰਿਤਸਰ ਤੋਂ ਜਲੰਧਰ ਤੋਂ ਅਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਅਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ। ਔਰ ਜਿਹੜੇ ਜਿਹੜੇ ਬੰਦੇ ਖੜ੍ਹੇ ਆ ਸਾਡੇ ਸਾਹਮਣੇ, ਸਾਨੂੰ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਆ ਜੀ, ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰਨਗੇ। ਔਰ ਇਹ ਵੱਡਾ ਐਲਾਨ ਆ, ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਆਟੋ ਵਾਲੇ ਦਾ ਪੰਗਾ ਪਿਆ ਸੀਗਾ, ਠੀਕ ਆ, ਆਹ ਦੂਜੀ ਵਾਰੀ ਆ ਜੀ। ਪਰ ਕਿਸੇ ਟਾਈਮ 'ਤੇ ਜੇ ਸਾਡੇ ਐਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ, ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ, ਮੈਂ ਨਾਮ ਨਹੀਂ ਲਊਂਗਾ ਵਾ, ਹੁਣ ਤੁਸੀਂ ਆਪ ਹੀ ਸਮਝ ਲਓਗੇ, ਉਹ ਗਾਲਾਂ ਕੱਢ ਕੇ ਅਤੇ MP ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ, ਜਿੱਥੋਂ ਮੈਨੂੰ ਖੁੰਦਕ ਆਈ ਆ, ਜਿੱਥੋਂ ਮੈਨੂੰ ਐਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ, ਹੈ ਤੂੰ ਸ਼ਰਿਆਮ ਗਾਲਾਂ ਕੱਢ ਕੇ, ਤੂੰ ਮੈਂ ਦੱਸ ਨਾਮ ਨਹੀਂ ਦੱਸਦਾ ਜੀ, ਨਹੀਂ ਕਲੀਅਰ ਲੋਕਾਂ ਨੂੰ ਦੇਖੋ, ਮੈਨੂੰ ਦੁੱਖ ਸੀਗਾ ਕਿ ਮੇਰੇ ਐਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ, ਤਾਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਅਤੇ ਮੈਂ ਖੁੱਲ੍ਹ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ, ਉਹਦੀਆਂ ਮੈਂ ਪੂਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ, ਇਹ ਹੁਣ ਤੁਹਾਨੂੰ ਅੰਮ੍ਰਿਤਸਰ 'ਚ ਪਤਾ ਲੱਗੇਗਾ, ਕਿਉਂਕਿ ਮੈਂ ਵਾਰਾਣਸੀ ਮੋਦੀ ਦੇ ਸਾਹਮਣੇ ਜੀ, ਮੋਦੀ ਸਾਹਿਬ ਦੇ ਸਾਹਮਣੇ। ਉਹ ਦੇਖੋ ਜੇ ਉਹ ਰਾਜਾ ਵਾ ਨਾ, ਉਹ ਰਾਜਾ ਕਾਹਦਾ ਵਾ ਜਦੋਂ ਸਾਹਮਣੇ ਕੋਈ ਪ੍ਰਜਾ ਨਾ ਖੜੀ ਹੋਈ, ਇਹ ਤਾਂ ਮਨ ਮਰਜ਼ੀ ਦਾ ਮਾਲਕ ਹੋ ਗਿਆ ਨਾ। ਉਹ ਲੋਕ ਕਹਿੰਦੇ ਫਾਰਮ ਲੈਂਦੇ ਸੱਤ, ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਏ ਆ, ਅਤੇ ਤੂੰ ਸਾਹਮਣੇ ਖੜਾਉਣ ਜਾ, ਉਹ ਰੱਬ ਨਹੀਂ ਹੈਗਾ, ਸਾਨੂੰ ਹੱਕ ਵਾ, ਸਾਡਾ ਪ੍ਰੋਪਗੰਡਾ ਸੈਕਟਰ ਸਾਨੂੰ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ, ਇੱਕ ਰਿਕਸ਼ੇ ਚਲਾਉਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ। ਔਰ ਜਿਹੜਾ ਬੰਦਾ ਸਾਡੇ ਐਸੀ ਸਮਾਜ ਨੂੰ ਗਾਲਾਂ ਕੱਢਦਾ, ਅੱਜ ਉਹਦਾ ਖੁੱਲ੍ਹ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ। ਅੰਮ੍ਰਿਤਸਰ ਕੀ ਵਿਜ਼ਨ ਹੈਗਾ ਆਉਂਦਾ? ਹਾਂਜੀ, ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਏਗੀ, ਅੱਛਾ, ਵਾਰਾਣਸੀ ਤੋਂ ਮੈਂ ਖੜਾ ਹੋ ਰਿਹਾ, ਜਲੰਧਰ ਤੋਂ ਮੈਂ ਖੜਾ ਹੋ ਰਿਹਾ ਅਤੇ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ। ਅੱਛਾ, ਇਹ ਸਾਰਾ ਗਰੁੱਪ ਕੱਟਿਆ ਭਾਜੀ, ਫਿਰ ਕੀ ਹੈ, ਆਪਣੀ ਟੀਮ ਹੈ, ਸਾਡੇ ਬੰਦੇ ਆ। ਔਰ ਜਿੱਥੇ ਹੰਸਰਾਜ ਹੰਸੀ ਖੜ੍ਹੇ ਹੋ ਰਿਹਾ ਭਾਜੀ ਅਤੇ ਅਨਮੋਲ ਭਾਜੀ ਖੜ੍ਹੇ ਹੋ ਰਹੇ ਆ, ਉੱਥੇ ਮੇਰਾ ਪੱਪੂ ਚਾਹ ਵਾਲਾ ਖੜ੍ਹਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਆ ਰੇਹੜੀ ਰੱਖਦੀ ਆ। ਹਾਂਜੀ, ਉਹ ਵੀ ਹਰ ਜਾਏਗਾ ਸਾਡੇ ਸਾਹਮਣੇ, ਕੋਈ ਨਹੀਂ ਟਿਕ ਸਕਦਾ, ਇਹ ਗਰੰਟੀ ਆ। ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ, ਅੱਬਲ ਤਾਂ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ, ਜਿਤਨਾ ਅਸੀਂ ਆ। ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ, ਤੇ ਵੋਟਰ ਸਪੋਰਟਰ ਵੋਟਾਂ ਕਿਉਂ ਨਹੀਂ ਬਦਲ ਸਕਦੇ? ਦੇਖੋ ਮੁੱਦੇ ਮੈਂ ਨਹੀਂ ਦੱਸਣੇ ਜੀ, ਮੈਂ ਪਹਿਲੋ ਰੁਕੋ 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 ਸਹੀ ਰੁਕੋ, ਔਰ ਖੜਦੇ ਜਾਓ ਖੜਦੇ ਜਾਓ। ਮੈਂ ਸ਼ਹਿਰ ਘੁੰਮੂੰਗਾ, ਇੱਥੇ ਦੇ ਨਸ਼ੇ ਦੇ ਮੁੱਦੇ, ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤਾਂ ਮੈਨੂੰ ਪਤਾ ਹੀ ਆ, ਬਾਕੀ ਮੁੱਦੇ ਡੰਪ ਦੇ, ਦੇਖੋ ਇੱਥੋਂ ਡੰਪ ਕਿੱਥੇ ਆ, ਕੂੜੇ ਦਾ ਡੰਪ ਕਿੱਥੇ ਆ, ਕੀ ਪ੍ਰੋਬਲਮ ਆ ਰਹੀਆਂ, ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਦੇ ਬਾਹਰ ਨਿਕਲਦੇ ਹਾਂ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਬਈਆਂ ਨੂੰ, ਵੀ ਯਾਰ ਕਮਾਲ ਯਾਰ, ਸਾਡਾ ਦੇਸ਼ ਹੈ ਕਿ ਕੀ ਹੈ? ਪੰਜਾਬੀਆਂ ਸੇ ਬਈਆਂ ਤੇ ਨਹੀਂ, ਮੈਂ ਗੱਲ ਕਰ ਰਿਹਾ ਭਾਈ, ਰੇਲਵੇ 'ਚ ਮੈਂ ਮੂੰਹ ਤੇ ਰੁਮਾਲ ਬੰਨਿਆ, ਮੈਂ ਚਾਹ ਦਾ ਕੱਪ ਫੜਿਆ, ਕਹਿੰਦਾ 120 ਰੁਪਏ ਦਾ, ਮੈਂ ਕਿਹਾ ਵਾਹ ਓ ਰੱਬਾ, ਮੈਂ ਕਿਹਾ ਯਾਰ ਮੈਂ ਰੁਮਾਲ ਬੰਨਿਆ, ਮੈਨੂੰ ਅੱਗੇ ਵੀ ਇੱਕ ਆਟੋ ਵਾਲਾ ਲੁੱਟਿਆ ਸੀਗਾ, ਹੁਣ ਤੂੰ ਲੁੱਟਣ ਲੱਗ ਪਿਆ, ਮੈਂ ਕਿਹਾ ਵੀ ਇੱਥੇ ਪੈਸੇ ਲੈ ਕੇ ਬਹਿ ਜਾਓ ਭਾਜੀ, ਪੈਸੇ ਤਾਂ ਮੈਂ ਲੈਂਦਾ ਨਹੀਂ, ਮੈਂ ਹਾਰ ਕਰਾ ਲੂੰਗਾ, ਪਰ ਮੈਂ ਇੱਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ, ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ, ਉਹ ਬਟਨ ਦਬਦੇ ਆ, ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ, ਅਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ, ਬਸ ਰਾਤੋਂ ਰਾਤ ਹੀ 50 ਕਰੋੜ 100 ਕਰੋੜ ਦਾ ਚੱਕਮਾ ਜਿਹੜਾ ਦੇ ਦਿੰਦੇ ਆ। ਅਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਮਾਲ ਮੱਤਾ ਲੈ ਲਓ, ਪੈਸੇ ਧੇਲਾ ਜੋ ਕੁਛ ਮਿਲਦਾ ਲੈ ਲਓ, ਲੈਣ ਤੋਂ ਬਾਅਦ ਵੋਟਾਂ ਤੁਸੀਂ
ਪਾ ਦਿਓ ਬਸ ਵੋਟਾਂ ਲੀਡਰ ਬਣੀਆਂ ਹੋਰ ਬਣੀਆਂ ਹੋਰ ਕੋਈ ਬੰਦਾ ਨਹੀਂ ਸਾਹਮਣੇ ਹੈਗਾ ਮੇਰਾ ਬਜਟ ਬਹੁਤ ਥੋੜ੍ਹਾ ਜੀ ਲੱਖ ਰੁਪਇਆ ਬਜਟ ਸਾਰਾ ਦੇਖੋ ਚੋਣ ਨਿਸ਼ਾਨ ਤਾਂ ਲੋਕਾਂ ਨੇ ਦੇਣਾ ਜੀ ਜੇ ਸਰਕਾਰ ਨੇ ਨਾ ਸਰਕਾਰ ਨੇ ਚੋਣ ਨਿਸ਼ਾਨ ਦੇਣਾ ਲੋਕਾਂ ਨੂੰ ਦੱਸਾਂਗਾ ਮੈਂ ਜਾ ਕੇ ਮੈਂ ਭਾਈ ਆਜ਼ਾਦ ਮੈਂ ਬੇਗਮਪੁਰਾ ਸਾਂਝਾ ਫਰੰਟ ਤੋਂ ਲੜ ਰਿਹਾ ਹਾਂਜੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੀਆਂ ਵੋਟਾਂ ਨੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਹੁਣ ਲੱਖ ਰੁਪਇਆ ਹੁਣ ਲੱਖ ਰੁਪਇਆ ਵਧਿਆ ਜੋ ਚਾਰ ਜਗ੍ਹਾ ਇਲੈਕਸ਼ਨ ਲੜਨੀ ਭਾਅ ਜੀ ਚਾਰ ਜਗ੍ਹਾ ਇਲੈਕਸ਼ਨ ਲੜਨੀ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵੱਜੂਗਾ 1,050,000 ਵੀ ਲਾਓ ਹਾਂਜੀ ਇਹ ਭਾਅ ਜੀ ਕਮੇਟੀ ਚੱਕੀ ਮੈਂ 90,000 ਰੁਪਏ ਘੱਟ 10,000 ਰੁਪਏ ਘੱਟ 90,000 ਪੂਰਾ ਕੀਤਾ ਮੈਂ ਆਪਣਾ 10,000 ਲੋਕਾਂ ਕੋਲ ਮੰਗੂ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ ਵਾਂ ਦੇਖੋ ਸਭ ਤੋਂ ਵੱਡੀ ਇਹ ਗੱਲ ਆ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਇੰਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਵਾ ਮੈਂ ਖੜਾ ਮੁੱਦੇ ਦੇਖ ਦੱਸਾਂਗੇ ਘੁੰਮ ਲੈਣ ਦਿਓ ਮੈਨੂੰ ਮਾੜਾ ਜਿਹਾ ਅੱਜ ਹੀ ਆ ਨਾ ਅੱਜ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਘੁੰਮ ਲੈਂਦੋ ਸ਼ਹੀਦਾਂ ਦਾ ਮੱਥਾ ਟੇਕ ਲੈਂਦੋ ਫਿਰ ਆਪਾਂ ਝੰਡਾ ਚਾੜ ਦੇਣਾ ਇੱਥੇ ਬਹਿ ਜਾਣਾ ਫਿਰ ਹੀਰਾ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਹੋਵੇ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀਰਾ ਕਿਉਂਕਿ ਹੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗੀ ਮਹਿੰਗਾ ਪਨੀਰ ਆਉਂਦਾ ਤਾਂ ਕਰਕੇ ਅੱਜ ਜਾਵਾਂ ਕੱਲ੍ਹ ਜਾਵਾਂਗੇ ਜੀ ਮੇਰੀ ਕਾ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਹੁਣੀ ਆਇਆ ਹੀ ਆ ਭਾਜੀ ਨੈਕਸਟ ਆਇਆ ਚਾਹ ਪੀਣ ਲੱਗੇ ਹੀਰਾ ਪਨੀਰ ਵਾਲਾ ਕੰਪਨੀ ਦਿਖਾ ਲੱਗੇ ਉਹਨੇ ਮੈਨੂੰ ਥੋੜ੍ਹਾ ਮਹਿੰਗਾ ਲਾਤਾ ਮੈਂ ਕਿਹਾ ਮੈਨੂੰ ਕੋਈ ਮਹਿੰਗਾ ਕਹਿੰਦਾ ਤੂੰ ਤਗੜਾ ਲੀਡਰ ਆ ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋਈ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ ਹੁਣ ਉਹਦੇ ਕੋਲ ਕਹਿੰਦਾ ਹੁਣ ਪੈਸੇ ਨਹੀਂ ਲੈਣੇ ਤੇਰੇ ਕੋਲ ਭਾਅ ਜੀ ਕੀ ਹੋਇਆ ਸੁਣੋ ਮੇਰੀ ਗੱਲ ਇੱਕ ਰਾਜਾ ਵਾ ਜੇ ਉਹਦੇ ਸਾਹਮਣੇ ਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ ਫਿਰ ਉਹ ਰਾਜਾ ਕਾਹਦਾ ਰਹਿ ਗਿਆ ਫਿਰ ਤਾਂ ਉਹਦੀ ਮਨ ਮਰਜ਼ੀ ਚੱਲੀ ਨਾ ਪਿੰਗ ਪੁੰਗੀਆਂ ਸਰਕਾਰ ਬਣ ਗਈ ਦਕਸ਼ਣ ਕੋਰੀਆ ਸਰਕਾਰ ਬਣ ਗਈ ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ ਠੀਕ ਹੈ ਨਾ ਇਸ ਕਰਕੇ ਆਪਾਂ ਵੋਟਾਂ ਲੈਣੀਆਂ ਅਤੇ ਜਿੱਤ ਕੇ ਦਿਖਾਉਣਾ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦੇ ਹਾਂ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸੇ ਭਈਆਂ ਤੇ ਨਹੀਂ ਮੈਂ ਗੱਲ ਕਰ ਰਿਹਾ ਭਾਈ ਰੇਲਵੇ 'ਚ ਹੁਣ ਮੈਂ ਮੂੰਹ 'ਤੇ ਰੁਮਾਲ ਬੰਨਿਆ ਮੈਂ ਚਾਹ ਦਾ ਕੱਪ ਫੜਿਆ ਕਹਿੰਦਾ 120 ਰੁਪਏ ਦਾ ਮੈਂ ਕਿਹਾ ਵਾਹ ਓ ਰੱਬਾ ਮੈਂ ਕਿਹਾ ਯਾਰ ਮੈਂ ਰੁਮਾਲ ਬੰਨਿਆ ਮੈਨੂੰ ਅੱਗੇ ਵੀ ਇੱਕ ਆਟੋ ਵਾਲਾ ਲੁੱਟਿਆ ਸੀਗਾ ਹੁਣ ਤੂੰ ਲੁੱਟਣ ਲੱਗ ਪਿਆ ਮੈਂ ਕਿਹਾ ਵੀ ਇੱਥੇ ਪੈਸੇ ਲੈ ਕੇ ਬਹਿ ਜਾਓ ਭਾਜੀ ਪੈਸੇ ਤਾਂ ਮੈਂ ਲੈਂਦਾ ਨਹੀਂ ਮੈਂ ਹਾਰ ਕਰਾ ਲੂੰਗਾ ਪਰ ਮੈਂ ਇੱਦਾਂ ਦਾ ਆਪਣਾ ਮਾਨ ਨਹੀਂ ਵੇਚੂੰਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਅਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਬਸ ਰਾਤੋਂ ਰਾਤ ਹੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਅਤੇ ਮੈਂ ਹੁਣ ਵੋਟਰਾਂ ਨੂੰ ਕਹਿਣਾ ਚਾਹੁੰਦਾ ਵੀ ਜਿੱਧਰੋਂ ਮਿਲਦੇ ਮਾਲ ਮੱਤਾ ਲੈ ਲਓ ਪੈਸੇ ਧੇਲਾ ਜੋ ਕੁਛ ਮਿਲਦਾ ਲੈ ਲਓ ਲੈਣ ਤੋਂ ਬਾਅਦ ਵੋਟਾਂ ਤੁਸੀਂ ਪਾ ਦਿਓ ਬਸ ਵੋਟਾਂ ਲੀਡਰ ਬਣੀਆਂ ਹੋਰ ਕਿੰਨੇ ਬਣੀਆਂ ਹੋਰ ਕੋਈ ਬੰਦਾ ਨਹੀਂ ਸਾਹਮਣੇ ਹੈਗਾ ਮੇਰਾ ਬਜਟ ਬਹੁਤ ਥੋੜ੍ਹਾ ਜੀ ਲੱਖ ਰੁਪਇਆ ਬਜਟ ਸਾਰਾ ਦੇਖੋ ਚੋਣ ਨਿਸ਼ਾਨ ਤਾਂ ਲੋਕਾਂ ਨੇ ਦੇਣਾ ਜੀ ਜੇ ਸਰਕਾਰ ਨੇ ਨਾ ਸਰਕਾਰ ਨੇ ਚੋਣ ਨਿਸ਼ਾਨ ਦੇਣਾ ਲੋਕਾਂ ਨੂੰ ਦੱਸਾਂਗਾ ਮੈਂ ਜਾ ਕੇ ਮੈਂ ਭਾਈ ਆਜ਼ਾਦ ਮੈਂ ਬੇਗਮਪੁਰਾ ਸਾਂਝਾ ਫਰੰਟ ਤੋਂ ਲੜ ਰਿਹਾ ਹਾਂਜੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੀਆਂ ਵੋਟਾਂ ਨੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਹੁਣ ਲੱਖ ਰੁਪਇਆ ਹੁਣ ਲੱਖ ਰੁਪਇਆ ਵਧਿਆ ਜੋ ਚਾਰ ਜਗ੍ਹਾ ਇਲੈਕਸ਼ਨ ਲੜਨੀ ਭਾਅ ਜੀ ਚਾਰ ਜਗ੍ਹਾ ਇਲੈਕਸ਼ਨ ਲੜਨੀ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵੱਜੂਗਾ 1,050,000 ਵੀ ਲਾਓ ਹਾਂਜੀ ਇਹ ਭਾਅ ਜੀ ਕਮੇਟੀ ਚੱਕੀ ਮੈਂ 90,000 ਰੁਪਏ ਘੱਟ 10,000 ਰੁਪਏ ਘੱਟ 90,000 ਪੂਰਾ ਕੀਤਾ ਮੈਂ ਆਪਣਾ 10,000 ਲੋਕਾਂ ਕੋਲ ਮੰਗੂ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲ ਫੰਡ ਮੰਗ ਰਿਹਾ ਵਾਂ
ਦੇਖੋ ਸਭ ਤੋਂ ਵੱਡੀ ਇਹ ਗੱਲ ਆ ਕਿ ਮੋਦੀ ਦੇ ਸਾਹਮਣੇ, ਮੋਦੀ ਸਾਹਿਬ ਦੇ ਸਾਹਮਣੇ ਖੜ੍ਹੇ ਹੋਣਾ ਬੜੀ ਹਿੰਮਤ ਦੀ ਗੱਲ ਆ। ਕਿਸੇ ਕੋਲ ਇੰਨਾ ਦਮ ਨਹੀਂ ਹੈਗਾ, ਕਿਸੇ ਪਾਰਟੀ ਤੋਂ ਦਮ ਨਹੀਂ, ਮੇਰੇ ਤੇ ਦਮ ਹੋਵਾਂ ਮੈਂ ਖੜਾ। ਮੁੱਦੇ ਦੇਖ ਦੱਸਾਂਗੇ, ਘੁੰਮ ਲੈਣ ਦੋ ਮੈਨੂੰ ਮਾੜਾ ਜਿਹਾ, ਅੱਜ ਹੀ ਆ ਨਾ, ਅੱਜ ਮੈਂ ਆਇਆ, ਪਹਿਲੇ ਦਿਨ ਤੇ ਆਇਆ ਮੈਂ, ਪਹਿਲੇ ਦਿਨ ਘੁੰਮ ਲੈਂਦੋ, ਸ਼ਹੀਦਾਂ ਦਾ ਮੱਥਾ ਟੇਕ ਲੈਂਦੋ, ਫਿਰ ਆਪਾਂ ਝੰਡਾ ਚਾੜ ਦੇਣਾ ਇੱਥੇ ਬਹਿ ਜਾਣਾ। ਫਿਰ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ, ਕੀ ਕੰਪੀਟੀਸ਼ਨ ਹੋਵੇ ਘਟਾ? ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ। ਕਾਰਨ ਕੀ ਆ? ਪੰਜ ਹੀ ਪੈਣੀਆਂ ਉਹਨੂੰ ਵੀ, ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀਰਾ, ਕਿਉਂਕਿ ਹੀਰਾ ਪਨੀਰ ਵਾਲਾ ਜਿਹੜਾ ਬਹੁਤ ਮਹਿੰਗੀ ਮਹਿੰਗਾ ਪਨੀਰ ਲਾਉਂਦਾ, ਤਾਂ ਕਰਕੇ ਅੱਜ ਜਾਵਾਂ ਕੱਲ ਜਾਵਾਂਗੇ ਜੀ। ਮੇਰੀ ਕਾ ਮੇਲਾ, ਮੈਨੂੰ ਪਤਾ ਨਹੀਂ ਸੀਗਾ, ਮੈਂ ਅੱਜ ਹੁਣੀ ਆਇਆ ਹੀ ਆ ਭਾਜੀ, ਨੈਕਸਟ ਆਇਆ ਚਾਹ ਪੀਣ ਲੱਗੇ ਆ, ਹੀਰਾ ਪਨੀਰ ਵਾਲਾ ਕੰਪਨੀ ਦਿਖਾਣ ਲੱਗੇ, ਉਹਨੇ ਮੈਨੂੰ ਥੋੜਾ ਮਹਿੰਗਾ ਲਾਤਾ। ਮੈਂ ਕਿਹਾ ਮੈਨੂੰ ਕੋਈ ਮਹਿੰਗਾ, ਕਹਿੰਦਾ ਤੂੰ ਤਗੜਾ ਲੀਡਰ ਆ। ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੋਈ, ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਜਾਵਾਂਗੇ ਉਹਨਾਂ ਕੋਲ, ਕਹਿੰਦਾ ਹੁਣ ਪੈਸੇ ਨਹੀਂ ਲੈਣੇ ਤੇਰੇ ਕੋਲ। ਭਾਜੀ ਕੀ ਹੋਇਆ, ਸੁਣੋ ਮੇਰੀ ਗੱਲ, ਇੱਕ ਰਾਜਾ ਵਾ, ਜੇ ਉਹਦੇ ਸਾਹਮਣੇ ਤਾਨਾਸ਼ਾਹੀ ਸਰਕਾਰ ਨਹੀਂ ਹੋਏਗੀ, ਫਿਰ ਉਹ ਰਾਜਾ ਕਾਹਦਾ ਰਹਿ ਗਿਆ? ਫਿਰ ਤਾਂ ਉਹਦੀ ਮਨ ਮਰਜ਼ੀ ਚੱਲੀ ਨਾ, ਪਿੰਗ ਪੁੰਗੀਆ ਸਰਕਾਰ ਬਣ ਗਈ, ਦਕਸ਼ਣ ਕੋਰੀਆ ਸਰਕਾਰ ਬਣ ਗਈ, ਅਗਲੀ ਵਾਰ ਉਹਨੇ ਵੋਟਾਂ ਨਹੀਂ ਕਰਨ ਦੇਣੀਆਂ, ਠੀਕ ਹੈ ਨਾ? ਇਸ ਕਰਕੇ ਆਪਾਂ ਵੋਟਾਂ ਲੈਣੀਆਂ ਅਤੇ ਜਿੱਤ ਕੇ ਦਿਖਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।